बैंक वाली प्रॉब्लम सामने नहीं आई है ते माता नु मैं हिंदी आंदी थी ना अंग्रेजी सिर्फ नु तमिल आंदी ਪਰ ਤਾਮਲ ਨਹੀਂ ਆਉਂਦੀ ਹੈਗੀ ਸਾਨੂੰ ਤਾਮਲ ਨਹੀਂ ਆਉਂਦੀ ਕੱਲ ਕੀ ਹੋਈ ਕੱਬੇ ਵਿਚੋਲਾ ਪਾਉਣਾ ਪੈ ਗਿਆ ਇੱਕ ਬੰਦਾ ਰੁਕ ਗਿਆ ਉਹਨੂੰ ਪੁੱਛਿਆ ਵੀ ਤੂੰ ਇੰਗਲਿਸ਼ ਸਮਝਦਾ ਕਹਿੰਦਾ ਹਾਂ ਉਹਨੇ ਦੱਸਿਆ ਫਿਰ ਇਹਨੂੰ ਤਾਮਲ ਚ ਵੀ ਇਹਨੂੰ 50 ਰੁਪਏ ਦੇ ਗੂਰ ਦੇ ਦੇ ਰੱਬ ਕੋਈ ਛੱਡੀ ਨਹੀਂ ਦੇ ਕੋਈ ਛੱਡੀ ਕੋਈ ਸਟੇਟ ਨਹੀਂ ਛੱਡੀ ਹੈਗੀ ਉਹ ਸਿੰਗਰਾਂ ਲੈ ਕੇ ਜਦੋਂ ਅੱਜ ਦਾਰਜਲੀ ਦਾਰਜਲਿੰਗ ਨਾਰਥ ਈਸਟ ਵਗੈਰਾ ਸਭ ਕਵਰ ਕਰ ਪੰਜਾਬ ਕਾਲੇ ਤੇ ਹਰੇ ਅੰਗੂਰਾਂ ਦੀ ਸ਼ਾਨਦਾਰ ਕਾਮਯਾਬੀ ਤੋਂ ਬਾਅਦ ਹੁਣ ਲਾਲ ਕੇਲੇ ਲਓ ਵੀ ਮਿੱਤਰੋ ਪਹੁੰਚ ਚੁੱਕੇ ਹਾਂ ਪਦਮਨਾਭਪੁਰਮ ਪੈਲਸ ਤੇ ਆ ਲੱਗਿਆ ਹੈ ਬੋਰਡ ਪੈਲਸ ਦਾ ਲਓ ਵੀ ਮਿੱਤਰੋ ਆਪਾਂ ਖੜੇ ਹਾਂ ਪਦਮਨਾਭਪੁਰਮ ਮਹਿਲ ਦੇ ਸਾਹਮਣੇ ਇਹ ਪਦਮਨਾਭਪੁਰਮ हाँ कुछ इदा का ही नाम है लैने बहुत औखे ने यह बहुत प्राचीन लगभग 16वीं सदी का बनया हुआ है प्राचीन महल है बाकी इन्नी क जानकारी है बाकी अंदर जाके देखते हैं म्यूजियम है ते राजे दा महल पुरानियां वस्तुआं ने कन्याकुमारी डिस्ट्रिक्ट दे विच पै जांदा है तमिलनाडु दे विच कन्याकुमारी डिस्ट्रिक्ट दे विच बाकी अंदर चलते हैं हुण देखते हैं की सिस्टम है तुहानू बाद च आके फिर बाहर आपां दसदे हां ਇਹ ਐਂਟਰੀ ਗੇਟ ਤੇ ਅੰਦਰ ਵੜਦੇ ਹੀ ਖੱਬੇ ਹੱਥ ਟਿਕਟ ਕਾਊਂਟਰ ਸਾਹਮਣੇ ਤੇ ਇੱਧਰ ਸਾਰਾ ਇਹ ਜਿਹੜਾ ਪੈਲਸ ਆ ਉਹ ਬਣਿਆ ਹੋਇਆ ਹੈ ਸੱਜਾ ਥੈਂਗਾ ਇੱਧਰ ਚੱਪਲ ਰੂਮ ਇੱਥੇ ਚੱਪਲਾਂ ਪਹਿਲਾਂ ਜਮ੍ਹਾਂ ਕਰਨੀਆਂ ਪੈਂਦੀਆਂ ਨੇ ਜਮ੍ਹਾਂ ਕਰਕੇ ਚੱਪਲਾਂ ਖੋਲ ਕੇ ਫੇਰ ਆਪਾਂ ਅੰਦਰ ਜਾ ਸਕਦੇ ਹਾਂ ਇਹ ਹੈਗਾ ਚੱਪਲ ਰੂਮ ਚੱਪਲਾਂ ਜਮ੍ਹਾਂ ਕਰਦੇ ਹਾਂ ਤੇ ਅੰਦਰ ਆਪਾਂ ਜਾਂਦੇ ਹਾਂ ਹਾਂ ਵੀ ਜੱਸੇ ਚੱਪਲ ਰੱਖ ਲੈ ਕੀ ਜਮਾ ਕਰਾਇਆ ਜੈਸੇ ਫਿਰ ਹਾਂਜੀ 10 ਰੁਪਏ ਫਾਰ ਚੱਪਲ ਪਾਰਕਿੰਗ ਅੱਛਾ ਚੱਪਲ ਪਾਰਕਿੰਗ 10 ਰੁਪਏ ਹੈ ਠੀਕ ਹੈ ਤੇ ਹੁਣ ਫਿਰ ਇੱਧਰ ਜਾਂਦੇ ਆ ਟਿਕਟ ਲੈਣ ਵਾਸਤੇ ਸਾਹਮਣੇ ਆ ਟਿਕਟ ਕਾਊਂਟਰ ਇਥੋਂ ਟਿਕਟ ਲੈ ਕੇ ਫਿਰ ਦੇਖਦੇ ਆ ਅੰਦਰ ਦਾ ਸਿਸਟਮ ਪੁਲਿਸ ਨੂੰ ਜੇ ਕਿਸੇ ਨੂੰ ਮੰਗਣਾ ਤਾਂ ਪੇਮੈਂਟ ਕਰ ਦੋ ਇੱਥੇ ਲਿਖਿਆ ਨੇ ਟਿਕਟ ਰੇਟ ਇੰਡੀਅਨ ਅਡਲਟ ਵਾਸਤੇ 40 ਰੁਪਏ ਇੰਡੀਅਨ ਬੱਚਿਆਂ ਵਾਸਤੇ 10 ਰੁਪਏ ਬਾਹਰਲੇ ਲੋਕਾਂ ਵਾਸਤੇ ਫੋਰਨ ਵਾਲਿਆਂ ਵਾਸਤੇ 320 ਰੁਪਏ ਬਾਹਰਲੇ ਬੱਚਿਆਂ ਵਾਸਤੇ 110 ਰੁਪਏ ਮੋਬਾਈਲ ਕੈਮਰੇ ਦੇ 20 ਰੁਪਏ ਐਕਸਟਰਾ ਨੇ ਤੇ ਡਿਜੀਟਲ ਫੋਟੋਗ੍ਰਾਫੀ ਕਰਨੀ ਆ 60 ਰੁਪਏ ਨੇ ਪ੍ਰੋਫੈਸ਼ਨਲ ਫੋਟੋਗ੍ਰਾਫੀ ਕਰਨੀ ਆ ਤਾਂ 2100 ਰੁਪਏ ਹੈ ਪਰ ਆਪਣੇ ਕੋਲ ਮੋਬਾਈਲ ਆਪਾਂ ਹੁਣ ਦਵਾਂਗੇ 20 ਰੁਪਏ ਤੇ ਹੈਗਾ ਟਿਕਟ ਕਾਊਂਟਰ ਇੱਧਰ ਵੇਟਿੰਗ ਹਾਲ ਆ ਵੇਟ ਕਰ ਸਕਦੇ ਹਾਂ ਇੱਥੇ ਆਪਾਂ ਹਾਂਜੀ ਦੋਸਤੋ ਇਹ ਜਿਹੜਾ ਪੈਲਸ ਹੈ ਇਹਦਾ ਇਹ ਮੇਨ ਗੇਟ ਆ ਅੰਦਰ ਵੜ ਕੇ ਸਾਹਮਣੇ ਹਾਲ ਆ ਜਾਂਦਾ ਹੈ ਜਿਹੜਾ ਰਾਜੇ ਦਾ ਮੇਨ ਹਾਲ ਸੀਗਾ ਅਤੇ ਇਹ ਜਿਹੜਾ ਪੈਲਸ ਆ ਇਹ ਕੰਨਿਆਕੁਮਾਰੀ ਡਿਸਟ੍ਰਿਕਟ 'ਚ ਪੈ ਜਾਂਦਾ ਹੈ ਤਾਮਿਲਨਾਡੂ ਦੇ ਵਿੱਚ ਅਤੇ ਟ੍ਰੈਵਨਕੋਰ ਰਿਆਸਤ ਸੀਗੀ ਜਿਹੜੀ ਕਿ ਪਹਿਲਾਂ ਕੰਨਿਆਕੁਮਾਰੀ ਇਡੱਕੀ ਤ੍ਰਿਵੇਂਦਰਮ ਇਹ ਸਾਰਾ ਏਰੀਆ ਸੀ ਜਿਹੜਾ ਇਹ ਟ੍ਰੈਵਨਕੋਰ ਰਿਆਸਤ ਦੇ ਵਿੱਚ ਪੈਂਦਾ ਸੀਗਾ ਅਤੇ ਰਾਵੀ ਵਰਮਾ ਇੱਥੇ ਦਾ ਰਾਜਾ ਸੀ ਜਿਹਦੀ ਕਿ ਰਿਆਸਤ ਸੀਗੀ ਅਤੇ 1600 ਈਸਵੀ ਦੇ ਵਿੱਚ ਇਹ ਜਿਹੜਾ ਸੀਗਾ ਕਿਲ੍ਹਾ ਇਹ ਸਾਰਾ ਬਣਾਇਆ ਗਿਆ ਸੀਗਾ ਅਤੇ ਹੁਣ ਹੈਗਾ ਇਹ ਤਾਮਿਲਨਾਡੂ ਦੇ ਵਿੱਚ ਆ ਪਰ ਜਿਹੜੀ ਇਹਦੀ ਦੇਖ ਰੇਖ ਆ ਉਹ ਕੇਰਲਾ ਗਵਰਨਮੈਂਟ ਕਰਦੀ ਆ ਅਤੇ ਸਭ ਤੋਂ ਪੁਰਾਣੇ ਜਿਹੜੇ ਭਾਰਤ ਦੇ ਕਿਲ੍ਹੇ ਨੇ ਉਹਨਾਂ ਕਿਲ੍ਹਿਆਂ ਦੇ ਵਿੱਚ ਇਹ ਕਿਲ੍ਹਾ ਜਿਹੜਾ ਉਹ ਆਉਂਦਾ ਹੈ ਆਹ ਦੇਖੋ ਇੱਥੇ ਹਾਲ ਬਣੇ ਹੋਏ ਨੇ ਬੜੇ ਬੜੇ ਇੱਥੇ ਰਾਜਾ ਖਾਣਾ ਖਿਲਾਉਂਦਾ ਸੀ ਲੋਕਾਂ ਨੂੰ ਭੋਜ ਜਿਵੇਂ ਪ੍ਰੀਤੀ ਭੋਜ ਆਪਾਂ ਕਹਿ ਦਿੰਦੇ ਹਾਂ ਉਹ ਦਿੰਦਾ ਹੁੰਦਾ ਸੀਗਾ ਇੱਥੇ 1000 ਬੰਦਾ ਬੈਠ ਕੇ ਖਾਣਾ ਖਾ ਸਕਦਾ ਸੀ 1000 ਥੱਲੇ ਇਹ ਡਬਲ ਬਣਾਇਆ ਹੋਇਆ ਸੀ 1000 ਉੱਪਰ 2000 ਬੰਦਾ ਅਸ਼ਤੀਰੀਆਂ ਲਾਈਆਂ ਹੋਈਆਂ ਨੇ ਬੜੀਆਂ ਬੜੀਆਂ ਇਹ ਹਾਲ ਦੇ ਵਿੱਚ ਬੈਠ ਕੇ ਖਾਣਾ ਖਾ ਸਕਦਾ ਸੀ ਵੈਸੇ ਇਹਦਾ ਜਿਹੜਾ ਨਾਮ ਆ ਪਦਮਨਾਭਪੁਰਮ ਪੈਲਸ ਆ ਆਹ ਦੇਖੋ ਕਿਵੇਂ ਲੱਕੜੀ ਦਾ ਕੰਮ ਸਾਰੇ ਪੈਲਸ ਦੇ ਵਿੱਚ ਕਰਿਆ ਹੋਇਆ ਹੈ ਆ ਝਰੋਖੇ ਬਣਾਏ ਹੋਏ ਨੇ ਖਿੜਕੀਆਂ ਬਣਾਈਆਂ ਹੋਈਆਂ ਨੇ ਪਦਮਨਾਭਪੁਰਮ ਇਹਦਾ ਨਾਮ ਆ ਪਰ ਇਹਨੂੰ ਕਲਕੁਲਮ ਪੈਲਸ ਵੀ ਕਿਹਾ ਜਾਂਦਾ ਹੈ ਕਲਕੁਲਮ ਪੈਲਸ ਵੀ ਦਾ ਨਾਮ ਲਿਆ ਜਾਂਦਾ ਹੈ ਆਹ ਦੇਖੋ ਲੱਕੜੀ ਦਾ ਕੰਮ ਸਾਰਾ ਹੋਇਆ ਹੋਇਆ ਹੈ ਛੋਟੇ ਛੋਟੇ ਰਸਤੇ ਬਣੇ ਹੋਏ ਨੇ ਅਤੇ ਇਹ ਜਿਹੜਾ ਬਣਾਇਆ ਗਿਆ ਪਲੰਘ
ਇਹ ਰਾਣੀ ਦਾ ਬੈਠਣ ਵਾਲਾ ਪਲੰਗ ਆ ਅਤੇ ਸਾਰੀ ਜਗ੍ਹਾ ਝੂਲਾ ਬਣਿਆ ਹੋਇਆ ਵਿੱਚ ਬੈਠਣ ਵਾਸਤੇ। ਪੁਰਾਣੇ ਸਮਿਆਂ ਦੇ ਵਿੱਚ ਵੀ ਆਹ ਦੇਖੋ ਲੈਟਰੀਨਾਂ ਵਗੈਰਾ ਵੀ ਬਣੀਆਂ ਹੋਈਆਂ ਸੀਗੀਆਂ ਅਤੇ ਕਾਫੀ ਵੱਡਾ ਇਹ ਪੈਲਸ ਆ, ਤਕੜਾ ਬਣਿਆ ਹੋਇਆ, ਬੜੇ ਬੜੇ ਪਿੱਲਰਾਂ ਦੇ ਨਾਲ ਬਣਾਇਆ ਹੋਇਆ। ਪੈਲਸ ਦੇ ਵਿੱਚ ਰਾਜਿਆਂ ਦੇ ਰਾਣੀਆਂ ਦੇ ਘੁੰਮਣ ਵਾਸਤੇ ਵਿੱਚ ਪਾਰਕ ਵੀ ਬਣੇ ਹੋਏ ਨੇ ਅੰਦਰਲੇ ਪਾਸੇ। ਆਹ ਦੇਖੋ ਬਹੁਤ ਵੱਡਾ ਜਿਵੇਂ ਪੈਲਸ ਆ, ਕਮਰੇ ਬਣੇ ਹੋਏ ਨੇ ਅੰਦਰ, ਅੰਦਰ ਰਸਤੇ ਬਣੇ ਹੋਏ ਨੇ। ਆਹ ਕੁੰਡਾ ਇਹਦਾ ਗਲੀ ਲੌਕ ਹੈ, ਇਹ ਜਾ ਕੇ ਇਹਦੇ ਵਿੱਚ ਪੈਂਦਾ ਸੀ, ਐਂ ਚਾਬੀ ਨਾਲ ਇਹਨੂੰ ਲੌਕ ਲੱਗਦਾ ਸੀ, ਚਾਬੀ ਵਾਲਾ ਲੌਕ। ਲਓ ਜੀ ਆਪਣਾ ਪੈਲਸ ਦਾ ਸਾਰਾ ਟੂਰ ਹੋ ਗਿਆ ਸਮਾਪਤ, ਆ ਜਾਓ ਹੁਣ ਆਪਾਂ ਚੱਲਦੇ ਹਾਂ ਬਾਹਰ ਵੱਲ ਨੂੰ। ਅਤੇ ਹੁਣ ਇਹ ਕਿਲ੍ਹੇ ਬਾਰੇ ਜੋ ਆਪਾਂ ਦੇਖਿਆ, ਮਿਊਜ਼ੀਅਮ ਰਾਜੇ ਦਾ ਮਹਿਲ, ਇਹਦੇ ਬਾਰੇ ਆਪਣੇ ਜਿਹੜੇ ਉੱਘੇ ਵਿਦਵਾਨ ਨੇ ਜਸਵੀਰ ਸਿੰਘ ਜੀ ਜੱਸਾ, ਇਹਦੇ ਬਾਰੇ ਆਪਣੇ ਵਿਚਾਰ ਦੇਣਗੇ। ਅਤੇ ਜਿਹੜੇ ਰਾਜੇ ਜੀ ਇਹਨੇ ਇੱਧਰ ਲੰਬੇ ਲੰਬੇ ਦੋ ਹਾਲ ਬਣਾਏ ਨੇ, ਇੱਕ ਇੱਕ ਮੰਜ਼ਿਲਾ ਇੱਕ ਦੂਜੀ ਮੰਜ਼ਿਲ। ਉਹਦੇ ਵਿੱਚ 2000 ਬੰਦੇ ਨੂੰ ਡੇਲੀ ਦਾਪਤ ਦਿੰਦਾ ਸੀ, ਹਾਂ ਡੇਲੀ ਖਾਣਾ ਖਿਲਾਉਂਦਾ ਸੀ। ਉਹ ਤੋਂ ਬਾਅਦ ਇੱਧਰ ਇੱਕ ਲੰਬਾ ਲੰਬਾ ਵੈਪਨ ਰੂਮ ਹੈ, ਉਹਦੇ ਵਿੱਚ ਕੋਈ ਕਮਰਾ ਨਹੀਂ, ਉੱਥੇ ਸਾਰੇ ਹਥਿਆਰ ਰੱਖੇ ਹੁੰਦੇ ਸੀ ਜਿਹੜੇ ਅੰਗਰੇਜ਼ਾਂ ਨੇ ਕਬਜ਼ਾ ਆਉਣ ਤੋਂ ਬਾਅਦ ਰੱਖ ਲਏ, ਅਤੇ ਹੁਣ ਉੱਥੇ ਕੁਛ ਨਹੀਂ ਹੈਗਾ। ਅਤੇ ਉਹਦੇ ਉੱਤੇ ਇੱਕ ਚੌਂਕੀਦਾਰ ਪਹਿਰਾਦਾਰੀ ਨੂੰ ਬਣਿਆ ਹੁੰਦਾ ਸੀ, ਆਲੇ ਦੁਆਲੇ ਸਾਰਾ ਕੁਝ ਦਿਖਦਾ ਸੀ, ਉਹ ਵੀ ਅਸੀਂ ਦੇਖਿਆ ਘੁੰਮ ਕੇ। ਉਹ ਤੋਂ ਅੱਗੇ ਰਾਜੇ ਦਾ ਰੂਮ, ਰਾਜੇ ਦੀ ਮਾਤਾ ਦਾ ਰੂਮ, ਰਾਣੀਆਂ ਦਾ ਰੂਮ, ਨਹਾਉਣ ਵਾਲੀ ਜਗ੍ਹਾ, ਰਸੋਈ, ਕਿਚਨ, ਲੈਟਰੀਨਾਂ ਤੱਕ ਬਣੀਆਂ ਹੋਈਆਂ। ਲੈਟਰੀਨਾਂ ਪੁਰਾਣੇ ਸਮੇਂ 'ਚ ਵੀ ਟੋਇਲਟਾਂ ਉੱਦਾਂ ਹੀ ਬਣੀਆਂ ਹੋਈਆਂ ਨੇ, ਵੀਡੀਓ ਅੰਦਰ ਅਲਾਉਡ ਨਹੀਂ ਸੀ, ਆਪਾਂ ਨਹੀਂ ਬਣਾਈ, ਫੋਟੋ ਆਪਾਂ ਪਾਈ ਜਾਵਾਂਗੇ ਨਾਲ ਦੀ ਨਾਲ। ਟੋਇਲਟ ਨੇ, ਹਾਂ। ਤੇ ਉਹ ਤੋਂ ਬਾਅਦ ਅੱਗੇ ਕਿਚਨ ਵੀ ਦੇਖੀ, ਮਸਾਲੇ ਘੋਟਣ ਵਾਲਾ ਸਾਰੀ ਜਗ੍ਹਾ, ਸਾਰਾ ਸਿਸਟਮ, ਹਾਂ। ਤੇ ਬਾਕੀ ਰਾਜੇ ਦਾ ਜਿੱਥੇ ਰੰਗ ਨਾਚ ਦੇਖਦਾ ਸੀ ਉਹ ਵੀ ਦੇਖਿਆ, ਬਿਲਕੁਲ। ਜਿੱਥੇ ਡਿਨਰ ਕਰਦੇ ਸੀ ਉਹ ਵੀ ਦੇਖਿਆ, ਜਾਂ ਰੋਟੀ ਵਗੈਰਾ। ਤੇ ਇੱਕ ਪਾਰਟੀ ਹਾਲ ਵੀ ਸੀ, ਅਲੱਗ ਅਲੱਗ ਤਰ੍ਹਾਂ ਦੇ ਬਹੁਤ ਕੁਛ ਬਣਾਇਆ। ਦੇਖਣ ਵਾਲੀ ਚੀਜ਼ ਆ, ਜ਼ਰੂਰ ਆਓ, ਇਹਨੂੰ ਦੇਖ ਕੇ ਜਾਓ, ਇੱਥੇ ਵੀਡੀਓ ਲਾਊਡ ਨਹੀਂ ਹੈਗੀ। ਇਹ ਆਪਾਂ ਨੂੰ ਇੱਥੇ ਸਰਦਾਰ ਜੀ ਮਿਲ ਗਏ, ਇੱਥੇ ਬਾਪੂ ਜੀ ਨਾਲ ਮਾਤਾ ਜੀ ਨੇ, ਦਿੱਲੀ ਤੋਂ ਨੇ। ਕੀ ਨਾਮ ਜੀ? ਪੂਰਨ ਸਿੰਘ। ਕੰਨਿਆਕੁਮਾਰੀ ਤੋਂ ਆ ਰਹੇ ਨੇ, ਅਸੀਂ ਆਪਾਂ ਉਧਰ ਨੂੰ ਜਾ ਰਹੇ ਆ, ਜਿਹੜਾ ਰੂਟ ਹੈ ਸੈਂਟਰ ਚ ਇਕੱਠੇ ਹੋ ਗਏ ਅਸੀਂ। ਸਹੀ ਗੱਲ ਹੈ, ਤੁਸੀਂ ਵਿਚਾਰ ਇਹਨਾਂ ਤੋਂ ਪੁੱਛਦੇ ਆ ਪਿੱਛੇ ਕਿਵੇਂ ਆ, ਅੱਗੇ ਇਹਨਾਂ ਨੂੰ ਦੱਸਦੇ ਆ ਵੀ ਤੁਸੀਂ ਕਿੱਥੇ ਕਿੱਥੇ ਠਹਿਰਨਾ, ਅੱਗੇ ਇਹਨਾਂ ਨੂੰ ਦੱਸਦੇ ਆ ਕਿੱਥੇ ਕਿੱਥੇ ਠਹਿਰਨਾ, ਤੇ ਤੁਸੀਂ ਕਿੱਥੋਂ ਕਿ ਆ ਰਹੇ ਹੋ ਕੰਨਿਆਕੁਮਾਰੀ ਤੋਂ? ਪਹਿਲੇ ਅਸੀਂ ਸਿੱਧਾ ਚੇਨਈ ਆਏ ਸੀ। ਚੇਨਈ ਤੋਂ ਅਸੀਂ ਫਿਰ ਕੰਨਿਆਕੁਮਾਰੀ ਆਏ ਆ ਜੀ। ਤੇ ਕੰਨਿਆਕੁਮਾਰੀ ਤੋਂ ਹੁਣ ਇੱਥੇ ਘੁੰਮਦੇ ਹੋਏ, ਇੱਥੇ ਦੋ ਤਿੰਨ ਰਸਤੇ ਚੇਨਈ ਬਾਏ ਫਲਾਈਟ, ਅੱਛਾ ਠੀਕ ਆ। ਤੇ ਅਸੀਂ ਆਏ ਸੀ ਜੀ ਪਹਿਲਾਂ ਫਸਟ ਬਾਈ ਟ੍ਰੇਨ ਕੋਚੀ, ਕੋਚੀ ਰੈਂਟ ਔਨ ਬਾਈਕ, ਬਾਈਕ ਲੈ ਲਈ ਰੈਂਟ, ਅੱਛਾ ਬਾਈਕ ਲਈ, ਹਾਂਜੀ। ਤੇ ਉਹ ਤੋਂ ਬਾਅਦ ਕੋਚੀ ਤੋਂ ਬਾਅਦ ਅਲੈਪੀ, ਅਲੈਪੀ ਤੋਂ ਵਰਕਲਾ, ਵਰਕਲਾ ਤੋਂ ਕੋਲਮ ਬੀਚ ਵਗੈਰਾ ਵਗੈਰਾ, ਛੋਟੇ ਛੋਟੇ ਵਿਲੇਜ ਨੇ। ਰਵਿੰਦਰ ਸਭ ਤੋਂ ਬੜਾ ਸ਼ਹਿਰ ਹੈ ਜੀ, ਮਤਲਬ ਪੰਜਾਬੀ ਕੁੜੀ ਆ ਜੀ, ਤੇ ਡੀਸੀ ਆ ਇੱਥੋਂ ਦੀ। ਬਹੁਤ ਵਧੀਆ ਲੱਗ ਰਿਹਾ ਗੱਲਾਂ ਕਰਕੇ ਬਾਪੂ ਜੀ ਉਹਨਾਂ ਨਾਲ, ਮਾਤਾ ਜੀ ਉਹਨਾਂ ਨਾਲ। ਆਪਾਂ ਘੁੰਮਦੇ ਹਾਂ, ਆਪਾਂ ਕਹਿੰਦੇ ਯਾਰ ਘੁੰਮਣ ਨੂੰ ਟਾਈਮ ਨਹੀਂ ਮਿਲਦਾ, ਘੁੰਮਣਾ ਔਖਾ ਯਾਰਾ ਵਗੈਰਾ, ਬਹੁਤ ਗੱਲਾਂ ਕਰਦੇ ਹਾਂ ਨਾ, ਜਾਂ ਖਾਸ ਕਰਕੇ ਆਪਾਂ ਪੰਜਾਬ ਦੇ ਬੰਦੇ। ਇਹ ਦਿੱਲੀ ਤੋਂ ਨੇ ਦੇਖੋ ਏਜ ਵੀ ਇਹਨਾਂ ਦੀ ਕਿੰਨੀ ਆ, ਬਾਰੇ ਬਹੁਤ ਘੁੰਮਦੇ ਨੇ, 2 ਵਾਰ ਤਾਂ ਕਹਿੰਦੇ ਹਜ਼ੂਰ ਸਾਹਿਬ ਜਾ ਆਉਂਦੇ ਨੇ ਸਾਲ ਦੇ ਵਿੱਚ, ਅਤੇ ਹੋਰ ਵੀ ਬਹੁਤ ਕੁਛ। ਵੀ ਕਿੰਨੀ ਕਿਹੜੀ ਕਿਹੜੀ ਸਟੇਟ ਘੁੰਮ ਚੁੱਕੇ ਹੈ? ਮੈਂ ਕੋਈ ਛੱਡੀ ਨਹੀਂ ਦੇਸ਼, ਕੋਈ ਨਹੀਂ ਛੱਡੀ, ਕੋਈ ਸਟੇਟ ਨਹੀਂ ਛੱਡੀ ਹੈਗੀ। ਉਹ ਸਿੱਕਮ ਲੈ ਕੇ ਹਿਮਾਚਲ, ਦਾਰਜੀਲਿੰਗ, ਦਾਰਜੀਲਿੰਗ ਨੌਰਥ ਈਸਟ ਵਗੈਰਾ ਸਭ ਕਵਰ ਕਰਦੇ, ਪੰਜਾਬ, ਰਾਜਸਥਾਨ, ਹਿਮਾਚਲ, ਪੰਜਾਬ, ਰਾਜਸਥਾਨ, ਹਿਮਾਚਲ, ਤੇ ਹੁਣ ਲਗਭਗ ਸਾਰੀ ਸਟੇਟ ਦੀ ਕਵਰ ਕਰਦੇ, ਸਾਰੀ ਸਟੇਟ ਕਵਰ। ਸਾਲ ਦੇ ਵਿੱਚ ਕਿੰਨੇ ਟੂਰ ਲਾ ਦਿੰਦੇ ਹੋ? 5 ਤੋਂ 6। ਕੀ ਬਾਤ ਹੈ, 5 ਤੋਂ 6 ਟੂਰ ਸਾਲ ਦੇ ਵਿੱਚ ਲਾਉਂਦੇ ਨੇ, ਦੇਖੋ ਤੁਸੀਂ ਜਾਓ। ਉਹ ਵੀ ਵੱਡੇ ਟੂਰ, ਨਾਨਕ ਸਾਹਿਬ 2 ਟੂਰ ਸਾਲ ਦੇ ਲੱਗ ਜਾਂਦੇ, 2 ਹਜ਼ੂਰ ਸਾਹਿਬ ਦੇ ਲੱਗ ਜਾਂਦੇ, 1 ਸਾਲ ਦੇ। ਵਧੀਆ ਗੱਲ ਹੈ ਜੀ, ਕਦੀ ਬੰਬੇ, ਕਦੀ ਕਿੱਥੇ, ਕਦੀ ਕਿੱਥੇ, ਵਧੀਆ, ਕਦੀ ਹੈਦਰਾਬਾਦ, 5-6 ਟੂਰ ਲੱਗ ਜਾਂਦੇ ਵੀ ਨਾਲ।
अपने बच्चों को भी सराहना करनी बनते क्योंकि बच्चे जे आपां नूं हैल्प करते हैं जे बच्चे आपां नूं सपोर्ट करते हैं ता ही पेरेंट्स कर सकते हैं सब जे लायक बच्चे ने ता पेरेंट्स ने कोई टेंशन पहले बुक करा देंगे आप ही करा देंगे बच्चे करवा देंगे तो आपां नूं भी चाहिए जो तुम देख रहे हो दोस्तों भी आपां भी अपने पेरेंट्स नूं कहिए कि पहला नहीं मौका मिलिया ਤਾਂ ਹੁਣ ਜਦੋਂ ਮੌਕਾ ਮਿਲਿਆ ਉਹਨੇ ਆਪਣੇ ਵਾਸਤੇ ਇੰਨਾ ਕਰਿਆ ਹੈ ਨਾ ਬੱਚਿਆਂ ਲਈ ਕਰਾਨੇ ਮਤਲਬ ਹੁਣ ਆਪਾਂ ਇੱਧਰ ਆਏ ਸੀ ਬੱਚਿਆਂ ਦੇ 25-25 ਦੀ ਵੱਡੇ ਸਭ ਦੀ ਉਹਨਾਂ ਦੀ ਬੁੱਕ ਕਰਾ ਦੇ ਬੁੱਕ ਕਰਵਾਈ ਹੈ ਕਿ ਉਹਨਾਂ ਨੂੰ ਜਾ ਰਹੇ ਸਾਡੇ ਦਿੱਲੀ ਦਾ ਬੁੱਕ ਚੱਲਦਾ ਹੈ 25 ਦੀ 25 ਮਾਰਚ ਨੂੰ ਜਾਣਾ ਹੈਗਾ ਹਾਂਜੀ ਤੇ ਤਿੰਨ ਚਾਰ ਬੱਚਿਆਂ ਦੇ ਚਾਰ ਬੱਚੇ ਬੇਟੇ ਦਬੂਆ ਬੱਚੇ ਸਾਰੇ ਉਹਨਾਂ ਦੀ ਬੁੱਕ ਕਰਵਾਈਆਂ ਨੇ ਤੇ ਉਹ ਲਾਸਟ ਮੰਥ ਮਨਾਲੀ ਹੋ ਕੇ ਆਇਆ ਅੱਛਾ ਜੀ ਤੇ ਫਿਰ ਕਹਿੰਦੇ ਬਈ ਦਰਸ਼ਨਾਂ ਲਈ ਜਾਣਾ ਹੁਣ ਬਹੁਤ ਵਧੀਆ ਲੱਗਿਆ ਮਿਲ ਕੇ ਬਾਪੂ ਜੀ ਉਹਨਾਂ ਨਾਲ ਤੇ ਵਧੀਆ ਐਗਜ਼ਾਮਪਲ ਆ ਸਾਨੂੰ ਸਾਰਿਆਂ ਨੂੰ ਘੁੰਮਣਾ ਚਾਹੀਦਾ ਹੈ ਠੀਕ ਹੈ ਜੀ ਮਿਲਾ ਕੇ ਫਿਰ ਵੀ ਕਹਿੰਦੇ ਕਿ ਆਪਣੇ ਬੱਚਿਆਂ ਨੂੰ ਗੁਰੂ ਕ੍ਰਿਸ਼ਨ ਨੂੰ ਵੀ ਭੇਜੋ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੀਗਾ ਪਦਮਨਾਪੁਰਮ ਟੈਂਪਲ ਤੇ ਮਿਊਜ਼ੀਅਮ ਤੇ ਆ ਇੱਥੇ ਬਾਹਰ ਦਾ ਮਾਹੌਲ ਆ ਨਾਰੀਅਲ ਤੇ ਨਾਲ ਆ ਸਿਸਟਮ ਜਿਹਾ ਇਹਦਾ ਹੈਗਾ ਖਾਣੇ ਵਾਲਾ ਮਿਲ ਰਿਹਾ ਸਾਨੂੰ ਤਾਂ ਸਵਾਦ ਨਹੀਂ ਲੱਗਿਆ ਸਿਸਟਮ ਜਿਹਾ ਤੇ ਬਾਕੀ ਸਮਾਨ ਸਮੂਨ ਵਿਕ ਰਿਹਾ ਹੈ ਬਹੁਤ ਕੁਝ ਇੱਥੇ ਆਸੇ ਪਾਸੇ ਆਪਾਂ ਪਰ ਜਾ ਰਹੇ ਹਾਂ ਗਰਮੀ ਬਹੁਤ ਜ਼ਿਆਦਾ ਹੈ ਜੱਸਾ ਪਤਾ ਨਹੀਂ ਤੈਨੂੰ ਕੀ ਟਰਾਈ ਕਰਦਾ ਜੱਸਾ ਕੀ ਚੀਜ਼ ਹੈ ਇਹ ਮੈਜਿਕ ਚੀਜ਼ਾਂ ਨੇ ਮੈਜਿਕ ਕੀ ਕਰਦੀਆਂ ਨੇ ਇਹ ਪਹਿਲਾਂ ਸਿੰਗਲ ਸੌਂਗ ਵੱਜਦਾ ਹੈ ਹਾਂ ਜੇ ਪਾਣੀ ਪਾ ਕੇ ਵਜਾਉਂਦਾ ਹੈ ਉਹਦੇ ਵਿੱਚ ਕੁਝ ਹੋਰ ਹੈ ਚਿੜੀਆਂ ਬੋਲਦੀਆਂ ਅੱਛਾ ਅੱਛਾ ਹਾਂ ਇੰਨਾ ਛੋਟਾ ਕੋਈ ਨਿਆਣਾ ਨਹੀਂ ਨਾ ਹੈਗਾ ਚਲ ਲੈ ਲਈਏ ਇਹ ਕਰਦਾ ਇੱਥੇ ਪਾਣੀ ਪਾਓ ਇਹ ਹਾਂ ਪੁੱਠਾ ਕਰੋ ਡੰਦਾ ਨਹੀਂ ਹਾਂ ਇੱਥੇ ਹੁਣ ਰਿਕੜਦਾ ਇਹਦਾ ਚੀਜ਼ ਕਮਾਲ ਦੀ ਆ ਪ੍ਰਾਈਸ ਚਿੜੀ ਲੈ ਲਈ ਕਦੀ ਉਹ ਲੈ ਲਾ ਨਿਆਣੇ ਵਾਸਤੇ ਵਧੀਆ ਚੀਜ਼ ਆ ਚਲੋ ਵੀ ਕਰਦੇ ਹਾਂ ਚਿੜੀ ਦਾ ਸੌਦਾ ਜਿਸ ਨੂੰ ਪਸੰਦ ਆ ਗਈ ਲਓ ਵੀ ਮਿੱਤਰੋ ਪੈਲਸ ਦੇਖ ਕੇ ਉਧਰ ਦੇ ਰੋਕੋ ਨਾ ਮਿਲ ਕੇ ਹੁਣ ਨਿਕਲਣ ਲੱਗਿਆ ਕੰਨਿਆ ਕੁਮਾਰੀ ਨੂੰ ਧੁੱਪ ਬਹੁਤ ਆ ਕਿਤੇ ਗਰਮੀ ਨੇ ਮੱਤ ਮਾਰੀ ਪਈ ਆ ਉਹ ਲੰਚ ਕਰਨ ਲੱਗਿਆ ਤੇ ਇੱਥੇ ਕੇਰਲਾ ਚੇਨਈ ਸਟਾਰ ਆ ਦੇਖੋ ਪੱਤੇ ਕੇਲਿਆਂ ਦੇ ਪੱਤੇ ਤੇ ਹੁਣ ਲੰਚ ਕਰਨਾ ਆਪਾਂ ਨੇ ਤੇ ਇੱਥੇ ਹੁਣ ਚਾਹੇ ਮਲਾਦੀ ਪਕੌੜੇ ਪੱਕ ਲਾ ਪੱਕ ਨਾ ਕਲਰ ਦੇ ਕਲਰ ਕਲਰ ਕਰਤਾ ਇਹ ਦੇਖੋ ਪਿੱਛੇ ਉਹ ਖਾ ਵੀ ਰਹੇ ਨੇ ਦੇਖਦੇ ਹਾਂ ਐਕਸਪੀਰੀਅੰਸ ਕਰਕੇ ਕਿਵੇਂ ਦਾ ਕੀ ਆ ਕੁਮਾਰੀ ਦੇ ਨੇੜੇ ਤੇੜੇ ਖੜੇ ਆਂ ਤੇ ਇੱਥੇ ਗ੍ਰੇਪਸ ਲੈ ਰਹੇ ਆ ਯੂਅਰ ਨੇਮ ਆਰੋਕੇ ਕਬੀਸ ਆਰੋਕੇ ਕਬੀਸ ਕਬੀਸ ਆਰੋਕੇ ਕਬੀਸ ਮੁੰਡੇ ਦਾ ਨਾਮ ਆ 11ਵੀਂ ਚ ਪੜਦਾ ਹੈ ਕਹਿੰਦਾ ਮੈਂ ਤੇ ਨਾਲ ਦੀ ਨਾਲ ਇੱਥੇ ਫਰੂਟ ਸੇਲ ਕਰਦਾ ਹੈ ਅਸੀਂ ਲੈਣੇ ਸੀ 50 ਰੁਪਏ ਦੇ ਸਿਰਫ ਅੰਗੂਰ ਹਾਂ ਲੈਂਗੁਏਜ ਪ੍ਰੋਬਲਮ ਸਾਨੂੰ ਇੰਨੀ ਹੋਈ ਆ ਤੇ ਮਾਤਾ ਨੂੰ ਨਾ ਹਿੰਦੀ ਆਉਂਦੀ ਸੀ ਨਾ ਅੰਗਰੇਜ਼ੀ ਸਿਰਫ ਇਹਨੂੰ ਤਾਮਿਲ ਆਉਂਦੀ ਪਰ ਤਾਮਿਲ ਨਹੀਂ ਆਉਂਦੀ ਹੈਗੀ ਸਾਨੂੰ ਤਾਮਿਲ ਨਹੀਂ ਥੀ ਆਉਂਦੀ ਗੱਲ ਕੀ ਹੋਈ ਕੱਬੇ ਵਿਚੋਲਾ ਪਾਉਣਾ ਪੈ ਗਿਆ ਇੱਕ ਬੰਦਾ ਰੋਕਿਆ ਉਹਨੂੰ ਪੁੱਛਿਆ ਵੀ ਤੂੰ ਇੰਗਲਿਸ਼ ਸਮਝਦਾ ਉਹ ਕਹਿੰਦਾ ਹਾਂ ਉਹਨੇ ਦੱਸਿਆ ਫਿਰ ਇਹਨੂੰ ਤਾਮਿਲ ਚ ਵੀ ਇਹਨੂੰ 50 ਰੁਪਏ ਦੇ ਅੰਗੂਰ ਦੇ ਦੇ ਫਿਰ 50 ਰੁਪਏ ਦੇ ਅੰਗੂਰ ਨੂੰ ਪੈਕ ਕਰਾ ਕੇ ਸਾਨੂੰ ਕੁਝ ਨਹੀਂ ਸਮਝ ਆਉਂਦੀ ਤਾਂ ਹੁਣ ਫਿਰ ਖਾਣ ਲੱਗਿਆ ਕਿਉਂਕਿ ਹੁਣ ਅਸੀਂ ਹੈਗੇ ਆ ਤਾਮਿਲਨਾਡੂ ਤੇ ਇੱਥੇ ਬਿਲਕੁਲ ਇਹ ਆਪਣੀ ਤਾਮਿਲ ਲੈਂਗੁਏਜ ਆਉਂਦੀ ਆ ਤੇ ਹੋਰ ਕੁਝ ਨਹੀਂ ਆ ਲੈਂਗੁਏਜ ਆਉਂਦੀਆਂ ਕਿ ਤੇ ਇੱਥੇ ਖੜੇ ਆ ਹੁਣ ਗਰਮੀ ਬਹੁਤ ਜ਼ਿਆਦਾ ਹੈ ਸਕਿਨ ਦੇਖੋ ਬੁਰੇ ਹਾਲ ਹੋਏ ਪਏ ਨੇ ਚਲੋ ਕਰਦੇ ਆ ਕੋਈ ਗੱਲ ਨਹੀਂ ਖਾਣੇ ਆ ਫਿਰ ਹੁਣ ਲਾਵੀ ਰਣਜੀਤ ਭਾਈ ਆਪਣਾ ਤੌਚ ਆ ਗਿਆ ਸੀ ਫਰੂਟ ਵਾਲੀ ਦੁਕਾਨ ਹੈ ਮੋਲ ਲੈ ਛੱਡੀ ਹੈ ਇੱਥੇ ਬੈਠੇ ਹੈਗਾ ਫਰੂਟ ਵੇਚੇ ਮੈਂ ਇਕੱਠਾ ਹੀ ਕ੍ਰੈਡਿਟ ਕਾਰਡ ਬਣਿਆ ਸੀ ਚਲਾਤਾ ਸਾਰਾ ਹੀ ਹੁਣ ਇੱਥੇ ਬੈਠੇ ਹੈਗਾ ਨਾਲੇ ਵੇਚੇਗਾ ਨਾਲੇ ਖਾਏਗੀ ਹਾਂ ਨਾਲੇ ਵੇਚਾਂਗੇ ਤਰਬੂਜ ਤੇ ਨਾਲੇ ਨਾਲ ਦੀ ਨਾਲ ਖਾਵਾਂਗੇ ਅੰਗੂਰ ਆਹ ਦੇਖੋ ਪਾਣੀ ਪਾ ਲਿਆ ਅੰਗੂਰਾਂ 'ਚ ਤੇ ਬਹਿ ਗਏ ਨੇ ਸੰਤਾਂ ਨੇ ਡੇਰਾ ਜਮਾ ਲਿਆ ਹੁਣ ਇੱਥੇ ਹੀ ਬੈਠਾਂਗੇ ਹੌਲੀ ਹੌਲੀ ਧੁੱਪ ਬਹੁਤ ਆ ਫੁੱਕਾ ਗੱਲ ਗੱਲ ਇਹ ਆ ਕਿ ਧੁੱਪ ਬਹੁਤ ਆ ਚੰਬੇ ਪਏ ਚੰਬੇ ਪਏ ਉਹ ਜਿੱਥੇ ਅਸੀਂ ਰੋਕੇ ਆ ਨਾ ਜਿੱਥੇ ਪੈਲਸ ਸੀ ਉਹ ਜਿਹੜਾ ਆਪਾਂ ਦੇਖਿਆ ਕੀ ਸੀ ਪੈਲਸ ਜਿਹੜਾ ਵੀ ਸੀ ਨਾ ਭੁੱਲ ਗਏ ਯਾਰ ਪਦਮਾ ਬੂਤਰ ਬਣੀ ਜਿਹੜਾ ਤੇ ਉੱਥੇ ਨਾ ਉਹ ਜਗ੍ਹਾ ਦਾ ਨਾਮ ਸੀ ਥੱਕਲੇ ਤੇ ਵਾਕਈ ਯਾਰ ਜਗ੍ਹਾ ਦਾ ਨਾਮ ਪਤਾ ਨਹੀਂ ਥੱਕਲੇ ਸੀ ਕਿ ਅਸੀਂ ਉੱਥੇ ਥੱਕ ਕੇ ਆ ਕੇ ਉੱਥੇ ਆ ਕੇ ਅਸੀਂ ਵਾਕਈ ਥੱਕ ਕੇ ਤੇ ਇਹ ਸੀ ਵੀ ਯਾਰ ਹੁਣ ਅੱਗੇ ਜਾਇਆ ਨਹੀਂ ਜਾਣਾ ਹੈਗਾ
ਤੇ ਹੁਣ ਫਿਰ ਅਸੀਂ ਅੱਗੇ ਆਏ ਆ ਔਖੇ ਸੌਖੇ ਰੋਟੀ ਰੋਟੀ ਖਾਧੀ ਆ ਪਿੱਛੇ ਤੇ ਥੋੜੀ ਜਿਹੀ ਐਨਰਜੀ ਆਈ ਸੀ ਪਰ ਹਲੇ ਵੀ ਉਹ ਗੱਲ ਨਹੀਂ ਮੰਨ ਰਹੀ ਹੁਣ ਕੰਨਿਆ ਕੁਮਾਰੀ ਜਾ ਕੇ ਰੈਸਟ ਕਰਾਂਗੇ 9 ਕਿਲੋਮੀਟਰ ਰਹਿ ਗਿਆ ਹੁਣ ਵਧੀਆ ਜਿਹੇ ਫਰੂਟ ਖਾ ਕੇ ਐਨਰਜੀ ਲੈਂਦੇ ਆ ਤੇ 9 ਕਿਲੋਮੀਟਰ ਜਾਂਦੇ ਨੇ ਤੇਲ ਪਾਉਂਦੇ ਆ ਤੇਲ ਪਾਉਂਦੇ ਆ ਐਨਰਜੀ ਜਿੰਨਾ ਤੇ ਰੱਖੇ ਜਾਂਦੇ ਖਾ ਲਈ ਹੁਣ ਫਰੂਟ ਅੰਗੂਰ ਤਾਮਿਲਨਾਡੂ ਦਾ ਪਹਿਲਾ ਫੂਡ ਤਾਮਿਲਨਾਡੂ ਜਾ ਕੇ ਨਹੀਂ ਨਹੀਂ ਪਹਿਲਾਂ ਨਹੀਂ ਰੋਟੀ ਖਾਇਆ ਆਪਾਂ ਰੋਟੀ ਖਾ ਲਈ ਫੂਡ ਪਹਿਲਾਂ ਫਰੂਟ 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 ਪਹਿਲਾਂ ਲਓ ਜੀ ਇੱਥੋਂ ਲੋਕਾਂ ਨੇ ਅੰਗੂਰ ਅੰਗੂਰ ਖਾਂਦੇ ਬੈਠੇ ਆਹ ਬੰਦਾ ਹਟਦਾ ਨਹੀਂ ਕਾਲੇ ਤੇ ਹਰੇ ਅੰਗੂਰਾਂ ਦੀ ਸ਼ਾਨਦਾਰ ਕਾਮਯਾਬੀ ਤੋਂ ਬਾਅਦ ਤੇ ਹੁਣ ਲਾਲ ਕੇਲੇ ਹੁਣ ਖਾਣ ਲੱਗਿਆ ਲਾਲ ਤਾਮਿਲਨਾਡੂ ਜਾ ਕੇ ਖਾ ਰਹੇ ਆ ਲਾਲ ਕੇਲੇ ਠੀਕ ਹੈ ਤੇ ਸਾਰੇ ਤਰ੍ਹਾਂ ਦੇ ਫੂਡ ਆਪਾਂ ਟਰਾਈ ਕਰ ਰਹੇ ਨੇ ਕੋਈ ਛੱਡਣਾ ਨਹੀਂ ਹੈਗਾ ਔਖੇ ਭਾਵੇਂ ਹੋ ਜੀਏ ਔਖੇ ਭਾਵੇਂ ਹੋ ਜੀਏ ਐਕਸਪੀਰੀਅੰਸ ਨਹੀਂ ਮਿਸ ਕਰਨਾ ਹਾਂ ਛੱਡਣਾ ਨਹੀਂ ਹੈਗਾ ਕੁਝ ਵੀ ਆਪਾਂ ਨੇ ਲਾਲ ਕੇ ਜ਼ਰੂਰ ਦੇਖਣਾ ਹੈ ਹੋਲਕ ਲਾਲ ਆ ਪਿੱਛੋਂ ਕੇਲਾ ਪੀਲਾ ਹਾਂ ਅਨਾਨਾਸ ਮੰਗੂ ਦਿਖਾ ਮੂੰਹ ਜੀ ਆ ਕੇਲਾ ਵਧੀਆ ਭਾਈ ਯੈਲੋ ਟੇਸਟੀ ਵੀ ਆ ਟੇਸਟੀ ਵੀ ਆ ਹਾਂ ਵੀ ਰਣਜੀਤ ਕੰਨਿਆ ਕੁਮਾਰੀ ਨੂੰ ਚੱਲਿਆ ਤੇਰਾ ਕੀ ਹਾਲ ਚਾਲ ਆ ਕਹਿੰਦੇ ਨਹੀਂ ਅਸੀਂ ਮਰਦੇ ਰਹੇ ਦੁੱਖ ਜਰਦੇ ਰਹੇ ਪੱਬ ਕੰਡਿਆਂ ਉੱਤੇ ਧਰਦੇ ਰਹੇ ਵਾਹ ਵੀ ਵਾਹ ਅਸੀਂ ਮਰਦੇ ਰਹੇ ਦੁੱਖ ਜਰਦੇ ਰਹੇ ਪੱਬ ਕੰਡਿਆਂ ਉੱਤੇ ਧਰਦੇ ਰਹੇ ਹੱਸ ਹੱਸ ਕੇ ਪੀੜਾਂ ਸਹਿ ਲਈਆਂ ਪਰ ਸੀ ਨਹੀਂ ਕੀਤਾ ਤੇਰੇ ਲਈ ਕਿਤੇ ਕੱਲੀ ਬਹਿ ਕੇ ਸੋਚੀ ਨੀ ਜਹਾਜ਼ਾਂ ਨੂੰ ਆਹ ਰਡਾਰ ਲੱਗਿਆ ਹੋਇਆ ਕਿਉਂਕਿ ਇੱਥੇ ਆ ਕੇ ਫਿਰ ਹੁਣ ਮੀਡੀਆ ਖਤਮ ਆ ਲਾਸਟ ਪੁਆਇੰਟ ਆ ਉਹਦੇ ਕਰਕੇ ਇੱਥੇ ਰਡਾਰ ਲੱਗਿਆ ਹੋਇਆ ਜਹਾਜ਼ਾਂ ਦੀ ਲੋਕੇਸ਼ਨ ਦੇਖਣ ਵਾਸਤੇ ਲਾਈਟ ਹਾਊਸ ਵਾਂਗੂ ਬਣਿਆ ਹੋਇਆ ਹੈ ਤੇਰੀ ਰਡਾਰ ਵਰਗੀ ਲੋ ਵੀ ਮਿੱਤਰੋ ਕੰਨਿਆ ਕੁਮਾਰੀ ਦਾ ਲਾਸਟ ਚੌਕ ਇੰਡੀਆ ਸਟਾਪ ਇੰਡੀਆ ਖਤਮ ਹੈ ਇੱਥੇ ਆ ਕੇ ਭਾਈ ਇੰਡੀਆ ਖਤਮ ਹੈ ਟਰਨ ਮਾਰਤਾ ਘੁੰਮਦੇ ਆ ਕੇ ਇੱਥੇ ਵੀ ਇੱਥੇ ਆ ਕੇ ਇੰਡੀਆ ਖਤਮ ਆ ਸਾਹਮਣੇ ਤੋਂ ਬਾਅਦ ਸਮੁੰਦਰ ਹੈ ਸਮੁੰਦਰ ਆਵਾਜ਼ ਸਿਕਸ ਥਰਟੀ ਇਹ ਸਰ ਮੇਰੇ ਨੇ ਰਾਮਾ ਲਿੰਗਮ ਆਪਾਂ ਨੂੰ ਇਹ ਆਰਮੀ 'ਚ ਰਹਿ ਚੁੱਕੇ ਨੇ ਅਤੇ ਕਪੂਰਥਲਾ ਇਹਨਾਂ ਨੇ ਡਿਊਟੀ ਕਰੀ ਆ ਜਲੰਧਰ ਵੀ ਕਰੀ ਆ ਤੇ ਕੁਦਰਤੀ ਆਪਾਂ ਪਹੁੰਚੇ ਸੀ ਇੱਥੇ ਰਹਿਣ ਵਾਸਤੇ ਤੇ ਇਹਨਾਂ ਕੋਲ ਪਹੁੰਚ ਗਏ ਬੜੇ ਵਧੀਆ ਬੰਦੇ ਨੇ ਅੱਜ ਦੇ ਅਖਬਾਰ ਤੋਂ ਦੇਖ ਕੇ ਕਬਰ ਕਿਲੇ ਦੇ ਜਲੰਧਰ ਐਗਜ਼ੈਕਟ ਟਾਈਮ ਉਹ ਦੱਸਿਓ 3 ਸਾਲ ਜਲੰਧਰ ਕਪੂਰਥਲਾ 3 ਸਾਲ ਨੌਕਰੀ ਕੀਤੀ ਆਰਮੀ ਦੇ ਵਿੱਚ ਕੈਪਟਨ ਰੈਂਕ ਤੋਂ ਰਿਟਾਇਰ ਹੋਏ ਨੇ ਤੇ ਹੁਣ ਇੱਥੇ ਦੇਖ ਰੇਖ ਕਰ ਰਹੇ ਨੇ ਇਹਦੀ ਜਿਹੜਾ ਇਹ ਹੋਟਲ ਹੈ ਤੇ ਨਾਮ ਸਨ ਸੈਟ ਤੇ ਸਨ ਰਾਈਜ਼ ਦੀ ਸਹੀ ਟਾਈਮ ਦੱਸੀ ਇਹਨਾਂ ਨੇ ਹੋਟਲ ਰਹਿਬੂ ਦਾ ਲਿੰਕ ਵੀ ਤੁਹਾਨੂੰ ਦੱਸ ਦਾਂਗੇ ਤੇ ਬੜਾ ਸਸਤਾ ਬਾਈਟ ਦੇ ਵਿੱਚ ਜੇ ਤੁਸੀਂ ਰਹਿਣਾ ਕੰਨਿਆ ਕੁਮਾਰੀ ਤਾਂ ਸਰ ਕੋਲ ਆ ਕੇ ਤੁਸੀਂ ਮਿਲ ਸਕਦੇ ਹੋ ਇੱਥੇ ਰਹਿ ਸਕਦੇ ਹੋ ਤੇ ਬਾਕੀ ਤੁਹਾਨੂੰ ਬਾਹਰ ਦੇ ਨਜ਼ਾਰੇ ਦਿਖਾਉਂਦੇ ਹਾਂ ਥੋੜ੍ਹਾ ਰੈਸਟ ਕਰਦੀ ਹੈ ਥੱਕੇ ਹੋਏ ਹਾਂ ਗਰਮੀ ਬਹੁਤ ਸੀਗੀ ਹਾਂ ਇਹਨਾਂ ਨੇ ਸਾਨੂੰ ਗਾਈਡ ਕਰਤਾ ਸਨਸੈਟ ਵਗੈਰਾ ਬਾਰੇ ਦੱਸਤਾ ਵੀ ਕਿਵੇਂ ਕਿਵੇਂ ਤੁਸੀਂ ਜਾ ਸਕਦੇ ਕਿਹੜਾ ਟਾਈਮ ਤੁਸੀਂ ਜਾਣਾ ਹੈ ਓਕੇ ਅੱਛਾ ਲੱਗਾ ਸਾਨੂੰ ਵੀ ਆਹ ਆਪਣਾ ਕਮਰਾ ਬੈਗ ਬੁੱਕ ਚੱਕੀ ਆਉਂਦੇ ਹਾਂ ਸਮਾਨਾ ਹਟ ਵੀ ਜੋ ਬਰਾ ਦੇਖ ਪੜ ਜਾ ਓਹੋ ਕੰਨਿਆਕੁਮਾਰੀ ਚ ਠੀਕ ਹੈ ਆਹ ਰੂਮ ਆਪਣਾ ਸਮਾਨ ਸਸਤੇ ਦੇ ਵਿੱਚ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਰੋ ਤੇ ਹੋਰ ਜੈਸੇ ਕੀ ਨਜ਼ਾਰੇ ਲੋ ਨਜ਼ਾਰੇ ਲੋ ਘੁੰਮੋ ਫਿਰੋ ਮਜ਼ੇ ਲਓ ਔਰ ਕਿਆ
बिल्कुल।